ਦੋਸਤੋ, ਮੈਂ ਗੁਰਜਿੰਦਰ ਸਿੰਘ ਪੰਗੂ ਤੇ ਇਸ ਵੇਲੇ ਮੇਰੇ ਨਾਲ ਸਿਆਸੀ ਮਾਹਿਰ ਡਾਕਟਰ ਭੇਵਿੰਦਰ ਸਿੰਘ ਜੁੜੇ ਨੇ। ਡਾਕਟਰ ਸਾਹਿਬ, ਸਵਾਗਤ ਤੁਹਾਡਾ, ਸਤਿ ਸ੍ਰੀ ਅਕਾਲ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਪੰਗੂ ਸਾਹਿਬ। ਜੀ। ਡਾਕਟਰ ਸਾਹਿਬ, ਆਮ ਆਦਮੀ ਪਾਰਟੀ ਇੱਕ ਮੁਸ਼ਕਲ ਘੜੀ ਦੇ ਵਿੱਚੋਂ ਨਿਕਲ ਰਹੀ ਆ। ਜਿਹੜੀ ਦਿੱਲੀ ਦੀ ਇਕਾਈ ਹੈ, ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਸੰਜੇ ਸਿੰਘ, ਈਵਨ ਕਿ ਸੰਜੇ ਸਿੰਘ ਦੀ ਜ਼ਮਾਨਤ ਹੋ ਗਈ, ਜੀ ਕੇਜਰੀਵਾਲ ਸਾਹਿਬ ਤੇ ਹੋਰ ਆਪਣੇ ਸਿਸੋਦੀਆ ਸਾਹਿਬ ਜੇਲ੍ਹ ਦੇ ਵਿੱਚ ਨੇ। ਅੱਜ ਜੀ ਉਹਨਾਂ ਦੀ ਸਪੋਰਟ ਦੇ ਵਿੱਚ ਕਹਿ ਲਓ ਕਿ ਭੁੱਖ ਹੜਤਾਲ ਕੀਤੀ ਗਈ ਕਿ ਜੀ ਲੋਕਤੰਤਰ ਦਾ ਇਹ ਜਿਹੜਾ ਹੈਗਾ ਉਹ ਘਾਣ ਹੈ। ਜੀ ਤੇ ਡਾਕਟਰ ਸਾਹਿਬ, ਕਿਵੇਂ ਸਾਰੀ ਗੱਲਬਾਤ ਨੂੰ ਆਪਾਂ ਦੇਖ ਰਹੇ ਹਾਂ? ਹਾਲਾਂਕਿ ਪੰਜਾਬ ਦੇ ਵਿੱਚ ਦੇਖੋ ਕਿ ਕਈ ਚਰਚਾਵਾਂ ਵੀ ਹੈਗੀਆਂ ਨੇ, ਉੱਪਰ ਜੀ ਇਲੈਕਸ਼ਨ ਵੀ ਹੈ, ਲੋਕ ਸਭਾ ਦਾ ਗੱਲ ਚੱਲ ਰਹੀ ਹੈ ਕਿ ਮਾਨ ਸਾਹਿਬ ਵਿੱਚ ਚੇਂਜ ਹੋ ਜਾਣਗੇ। ਹਾਲਾਂਕਿ ਆਫੀਸ਼ੀਅਲ ਕੁਛ ਨਹੀਂ ਹੈਗਾ ਫੇਸਬੁੱਕਾਂ ਦੇ ਉੱਪਰ ਕਿ 24 ਤੋਂ ਬਾਅਦ ਮੁੱਖ ਮੰਤਰੀ ਪੰਜਾਬ ਦਾ ਬਦਲਿਆ ਜਾ ਸਕਦਾ, ਇੰਨੀਆਂ ਸੀਟਾਂ ਉਹਨੂੰ ਆਉਣਗੀਆਂ, ਇੰਨੀਆਂ ਉਹਨੂੰ ਆਉਣਗੀਆਂ, ਇਹ ਜਿਹੜੀਆਂ ਇਹੋ ਜਿਹੀਆਂ ਗੱਲਾਂ ਨੇ ਉਹਨਾਂ ਬਾਰੇ ਵੀ ਦੱਸਿਓ। ਤੇ ਨਾਲੋਂ ਨਾਲ ਜੋ ਵੱਜਦਾ ਰਿਹਾ ਆਮ ਆਦਮੀ ਪਾਰਟੀ ਦਾ ਪੂਰਾ ਪ੍ਰੋਗਰਾਮ, ਉਹ ਕੀ ਪ੍ਰੋਗਰਾਮ ਸੀ, ਕਿਵੇਂ ਸਾਰਾ ਰਨ ਕੀਤਾ ਜੀ ਡਾਕਟਰ ਸਾਹਿਬ? ਦੇਖੋ, ਪਹਿਲਾਂ ਤਾਂ ਜਿਹੜੀਆਂ ਰਿਊਮਰਸ ਬਾਰੇ ਤੁਸੀਂ ਗੱਲਾਂ ਕਰ ਰਹੇ ਹੋ, ਔਰ ਅਕਸਰ ਵਿਰੋਧੀ ਧਿਰਾਂ ਇਦਾਂ ਦੀਆਂ ਜਿਹੜੀਆਂ ਅਫਵਾਹਾਂ ਨੇ ਉਹ ਫੈਲਾਉਂਦੀਆਂ ਨੇ, ਤੇ ਉਹਦੇ ਚੋਂ ਨਿਕਲਣ ਪਾਉਣ ਵਾਲਾ ਕੁਛ ਨਹੀਂ ਹੁੰਦਾ। ਸੋ ਇਸ ਕਰਕੇ ਕਿ ਮਾਨ ਸਾਹਿਬ ਨੂੰ ਹਟਾਇਆ ਜਾਏਗਾ, ਮਾਨ ਸਾਹਿਬ ਨੂੰ ਇਹ ਹੋ ਜਾਏਗਾ, ਇਹ ਸਿਰਫ ਗੱਲਾਂ ਨੇ, ਅਫਵਾਹਾਂ ਨੇ। ਸੋ ਇਸ ਕਰਕੇ ਇਹਦੇ ਉੱਤੇ ਬਹੁਤਾ ਧਿਆਨ ਦੇਣ ਦੀ ਲੋੜ ਨਹੀਂ ਹੈ। ਜੋ ਅਸਲੀ ਹਕੀਕਤ ਹੈ ਇਸ ਵੇਲੇ, ਜੋ ਗਰਾਊਂਡ ਲੈਵਲ ਤੇ ਆਪਾਂ ਦੇਖ ਰਹੇ ਹਾਂ, ਉਹ ਇਹੀ ਹੈ ਕਿ ਜਿਵੇਂ ਤੁਸੀਂ ਕਿਹਾ ਕਿ ਚਾਹੇ ਅਰਵਿੰਦ ਕੇਜਰੀਵਾਲ ਹੋਣ, ਚਾਹੇ ਦਿੱਲੀ ਦੀ ਬਾਕੀ ਲੀਡਰਸ਼ਿਪ ਹੋਵੇ, ਔਰ ਬਾਕੀ ਜਿਹੜੇ ਵੱਡੇ ਲੀਡਰ ਹੋਣ ਆਮ ਆਦਮੀ ਪਾਰਟੀ ਦੇ, ਉਹ ਬਹੁਤੇ ਜੇਲ੍ਹ ਦੇ ਵਿੱਚ ਨੇ। ਸੋ ਉਹਨਾਂ ਨੂੰ ਸਮਰਪਿਤ ਇੱਕ ਬਕਾਇਦਾ ਤੌਰ ਤੇ ਜਿਵੇਂ ਕਿਹਾ ਗਿਆ ਕਿ ਵੱਡੇ ਪੱਧਰ ਦੇ ਉੱਤੇ ਸਰਕਾਰ ਵੱਲੋਂ ਇੱਕ ਅਨਸ਼ਨ ਕੀਤਾ ਗਿਆ, ਔਰ ਭੁੱਖੇ ਰਹਿ ਕੇ ਇੱਕ ਵਿਰੋਧ ਪ੍ਰਦਰਸ਼ਨ ਬੀਜੇਪੀ ਦੇ ਖਿਲਾਫ ਕਰਨ ਦੀ ਕੋਸ਼ਿਸ਼ ਕੀਤੀ ਗਈ, ਔਰ ਕਾਫੀ ਕਾਮਯਾਬ ਰਿਹਾ, ਜਿਹਦੇ ਵਿੱਚ ਖੜਕਲ ਕਲਾਂ ਦੇ ਵਿੱਚ ਸੀਐਮ ਮਾਨ ਉਹ ਸ਼ਾਮਿਲ ਹੋਏ, ਬੁੱਧ ਰਾਮ ਜੀ ਸ਼ਾਮਿਲ ਹੋਏ, ਹੋਰ ਵੱਡੀ ਜਿਹੜੀ ਲੀਡਰਸ਼ਿਪ ਹੈ, ਖਾਸ ਤੌਰ ਤੇ ਜਿਹੜੇ ਮੰਤਰੀ ਸਾਹਿਬਾਨ ਨੇ, ਉਹਨਾਂ ਨੇ ਖੜਕੜ ਕਲਾਂ ਵਿਖੇ ਜਿੱਥੇ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦੀ ਵੱਡੀ ਯਾਦਗਾਰ ਹੈ, ਆਪਾਂ ਸਾਰੇ ਜਾਣਦੇ ਹਾਂ ਕਿ ਮਾਨ ਸਾਹਿਬ ਨੇ ਇੱਥੇ ਹੀ ਸਹੁੰ ਚੁੱਕੀ ਸੀ ਲਗਭਗ 2 ਸਾਲ ਪਹਿਲਾਂ। ਸੋ ਬਹਾਨੇ ਦੇ ਨਾਲ ਸ਼ਹੀਦ ਆਜ਼ਮ ਭਗਤ ਸਿੰਘ ਨੂੰ, ਰਾਜਗੁਰੂ ਸੁਖਦੇਵ ਜੀ ਨੂੰ ਯਾਦ ਕੀਤਾ ਗਿਆ ਜੀ, ਔਰ ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲਣ ਦਾ ਇੱਕ ਪ੍ਰਣ ਲਿਆ ਗਿਆ। ਔਰ ਵੱਡੀ ਗੱਲ ਇਹ ਹੋਈ ਕਿ ਬੀਜੇਪੀ ਨੂੰ ਚੁਣੌਤੀ ਜਿਹੜੀ ਦੇਣੀ ਹੈ ਉਹ ਸ਼ਹੀਦ ਆਜ਼ਮ ਭਗਤ ਸਿੰਘ ਦੇ ਇਸ ਪਵਿੱਤਰ ਮੁਕੱਦਸ ਥਾਂ ਤੋਂ ਜਿਹੜੀ ਹੈਗੀ ਆ ਸ਼ੁਰੂਆਤ ਕੀਤੀ ਗਈ, ਔਰ ਇਹਦਾ ਅਸਰ ਮੈਨੂੰ ਲੱਗਦਾ ਦੂਰ ਤੱਕ ਜਾਏਗਾ। ਔਰ ਜਿੰਨੇ ਵੀ ਲੋਕਤੰਤਰ ਨੂੰ ਪਿਆਰ ਕਰਨ ਵਾਲੇ ਲੋਕ ਨੇ, ਔਰ ਖਾਸ ਤੌਰ ਤੇ ਭਾਰਤੀ ਸੰਵਿਧਾਨ ਦੇ ਖਤਰੇ ਦੀ ਜੋ ਇਸ ਵੇਲੇ ਗੱਲ ਕਰ ਰਹੇ ਨੇ ਜਾਂ ਉਸ ਖਤਰੇ ਨੂੰ ਮਹਿਸੂਸ ਕਰ ਰਹੇ ਨੇ, ਉਹ ਲੋਕ ਜਿਹੜੇ ਨੇ ਜ਼ਰੂਰ ਇਸ ਅਨਸ਼ਨ ਦੇ ਨਾਲ, ਇਸ ਕਾਰਵਾਈ ਦੇ ਨਾਲ ਜ਼ਰੂਰ ਉਹਨਾਂ ਨੂੰ ਤਸੱਲੀ ਮਿਲੀ ਹੋਏਗੀ। ਸੋ ਇਸੇ ਤਰ੍ਹਾਂ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਜ਼ਿਲ੍ਹਾ ਪ੍ਰਧਾਨਾਂ ਦੀ ਡਿਊਟੀ ਲਗਾਈ ਗਈ ਸੀਗੀ, ਔਰ ਵੱਖ ਵੱਖ ਥਾਵਾਂ ਦੇ ਉੱਤੇ ਹਰ ਜ਼ਿਲ੍ਹੇ ਦੇ ਵਿੱਚ ਕਾਫੀ ਵੱਡੀ ਪੱਧਰ ਦੇ ਉੱਤੇ ਵਲੰਟੀਅਰ ਜਾਂ ਕਹਿ ਸਕਦੇ ਹਾਂ ਕਿ ਜਿਹੜੇ ਅਹੁਦੇਦਾਰ ਸਾਹਿਬਾਨ ਨੇ ਆਮ ਆਦਮੀ ਪਾਰਟੀ ਦੇ, ਉਹ ਵੀ ਸ਼ਾਮਿਲ ਹੋਏ ਵੱਡੀ ਪੱਧਰ ਦੇ ਉੱਤੇ, ਔਰ ਉਹਨਾਂ ਨੇ ਆਪਣੀ ਗੱਲਬਾਤ ਰੱਖੀ, ਔਰ
ਅਨਸ਼ਨ ਕੀਤਾ। ਸੋ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਜਿਸ ਕੰਮ ਦੇ ਲਈ, ਜਿਸ ਮਕਸਦ ਦੇ ਲਈ ਇਹ ਕੰਮ ਕੀਤਾ ਗਿਆ ਸੀਗਾ, ਉਹ ਉਹਦੇ ਵਿੱਚ ਕਾਫੀ ਹੱਦ ਤੱਕ ਕਾਮਯਾਬੀ ਮਿਲੀ ਹੈ। ਸੋ ਉਮੀਦ ਹੈ ਕਿ ਇਹ ਜਿਹੜਾ ਇਹਦਾ ਅਸਰ ਹੁਣ ਆਉਣ ਵਾਲੀਆਂ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਨੇ, ਖਾਸ ਤੌਰ ਤੇ ਪੰਜਾਬ ਦੇ ਵਿੱਚ ਇਹਦਾ ਅਸਰ ਜ਼ਰੂਰ ਪੈਂਦਾ ਨਜ਼ਰ ਆਏਗਾ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਛੋਟੀਆਂ ਛੋਟੀਆਂ ਜਾਂ ਵੱਡੀਆਂ ਕਾਰਵਾਈਆਂ ਹੁੰਦੀਆਂ ਨੇ, ਉਹਦਾ ਅਸਰ ਚਾਹੇ ਸਾਨੂੰ ਫਿਲਹਾਲ ਨਾ ਸਿੱਧੇ ਤੌਰ ਤੇ ਦਿਖਾਈ ਦਿੰਦਾ ਹੋਵੇ, ਪਰ ਸਿੱਧੇ ਤੌਰ ਤੇ ਜੀ ਵੱਡੀਆਂ ਇਹ ਗੱਲਾਂ ਹੁੰਦੀਆਂ ਨੇ, ਵੱਡੇ ਅਸਰ ਹੁੰਦੇ ਨੇ ਇਹਦੇ, ਔਰ ਇਹਦੀਆਂ ਸੰਭਾਵਨਾਵਾਂ ਆਪਾਂ ਕਹਿ ਸਕਦੇ ਹਾਂ ਕਿ ਜੂਨ ਦੇ ਵਿੱਚ ਜਿਹੜੀਆਂ ਇਲੈਕਸ਼ਨ ਹੋਣੀਆਂ ਪੰਜਾਬ ਦੇ ਵਿੱਚ 1 ਜੂਨ ਨੂੰ, ਸੋ ਉਹਦੇ ਉੱਤੇ ਜ਼ਰੂਰ ਅਸਰ ਪੈਂਦਾ ਨਜ਼ਰ ਆ ਰਿਹਾ ਹੈ ਪੰਗੂ ਸਾਹਿਬ। ਜੀ ਬਿਲਕੁਲ, ਤੇ ਡਾਕਟਰ ਸਾਹਿਬ ਅੱਜ ਦੇ ਪ੍ਰੋਗਰਾਮ ਨਾਲ ਇੰਪੈਕਟ ਕੀ ਮੰਨਦੇ ਹੋ ਤੁਸੀਂ, ਇੰਪੈਕਟ ਕੀ ਕੀ ਹੋਊਗਾ? ਮੈਂ ਇਹੀ ਕਹਿਣਾ ਕਿ ਕਿਉਂਕਿ ਪੰਜਾਬ ਦੇ ਵਿੱਚ 13 ਸੀਟਾਂ ਨੇ, ਔਰ 13 ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਖੜੀ ਹੈ, ਔਰ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਕੈਂਡੀਡੇਟ ਜਿਵੇਂ ਕਿਹਾ ਜਾ ਰਿਹਾ ਕਿ ਹੋ ਸਕਦਾ ਹੈ ਕਿ ਜਲਦੀ ਉਹ ਅਨਾਊਂਸਮੈਂਟ ਹੋ ਜੇ ਜਿਹੜੀਆਂ ਸੀਟਾਂ ਦੇ ਉੱਤੇ ਹਜੇ ਉਮੀਦਵਾਰ ਘੋਸ਼ਿਤ ਕਰਨੇ ਹੈ। ਸੋ ਇਹਦਾ ਅਸਰ ਕਾਫੀ ਹੱਦ ਤੱਕ ਇੱਕ ਚੰਗਾ ਅਸਰ ਜਿਹੜਾ ਹੈਗਾ ਜਾਏਗਾ, ਔਰ ਬੀਜੇਪੀ ਨੂੰ ਸੱਟ ਲੱਗਦੀ ਨਜ਼ਰ ਆ ਰਹੀ ਹੈ। ਬੀਜੇਪੀ ਜਿਹੜੀ ਇਹ ਚਾਹੁੰਦੀ ਹੈ ਕਿ ਤੀਸਰੀ ਵਾਰ ਸਾਡੀ ਸੈਂਟਰ ਦੇ ਵਿੱਚ ਸਰਕਾਰ ਬਣੇ, ਉਹਨੂੰ ਵੱਡਾ ਝਟਕਾ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਲੱਗਦਾ ਨਜ਼ਰ ਆ ਰਿਹਾ। ਸੋ ਇਹਦਾ ਅਸਰ ਤੁਸੀਂ ਦੇਖੋਗੇ ਕਿ ਇਕੱਲਾ ਇਹ ਨਹੀਂ ਹੈ ਕਿ ਦਿੱਲੀ ਦੇ ਉੱਤੇ ਅਸਰ ਪਏਗਾ, ਆਪਾਂ ਪਹਿਲਾਂ ਵੀ ਗੱਲ ਇਸ ਮੁੱਦੇ ਦੇ ਉੱਤੇ ਕਰਦੇ ਰਹੇ ਹਾਂ, ਇਹਦਾ ਅਸਰ ਘੱਟੋ ਘੱਟ 50 ਸੀਟਾਂ ਦੇ ਉੱਤੇ ਜਾਏਗਾ। ਉਹ 50 ਸੀਟਾਂ ਪੰਜਾਬ ਦੀਆਂ ਹੈਗੀਆਂ ਨੇ, ਉਹ ਹਰਿਆਣੇ ਦੀਆਂ ਵੀ ਨੇ, ਉਹਦੇ ਵਿੱਚ ਯੂਪੀ ਦਾ ਇੱਕ ਵੱਡਾ ਹਿੱਸਾ ਹੈ, ਉਹਦੇ ਵਿੱਚ ਗੁਜਰਾਤ ਦਾ ਕਹਿ ਸਕਦੇ ਹਾਂ ਕਿ ਵੱਡਾ ਹਿੱਸਾ, ਉਹਦੇ ਵਿੱਚ ਖਾਸ ਤੌਰ ਤੇ ਜਿਹੜਾ ਉੱਤਰੀ ਭਾਰਤ ਹੈ ਉਸ ਇਲਾਕੇ ਦੇ ਵਿੱਚ ਇਹਨਾਂ ਸਾਰੀਆਂ ਤੁਸੀਂ ਦੇਖੋਗੇ ਕਿ ਜਿੱਥੇ ਜਿੱਥੇ ਬੀਜੇਪੀ ਨੂੰ ਨਾ ਪਸੰਦ ਕਰਨ ਵਾਲੇ ਲੋਕ ਨੇ, ਉਹਨਾਂ ਦੇ ਉੱਤੇ ਜ਼ਰੂਰ ਦਿਖਦਾ ਦਿਖਾਈ ਦੇ ਰਿਹਾ ਪੈਂਦਾ। ਸੋ ਇਸ ਕਰਕੇ ਮੈਂ ਕਹਿ ਦਾਂ ਕਿ ਇੱਕ ਵੱਡਾ ਅਸਰ ਇਸ ਸਾਰੇ ਜੋ ਪਿਛਲੀਆਂ ਘਟਨਾਕ੍ਰਮ ਹੋ ਰਹੇ ਨੇ ਲਗਾਤਾਰ, ਔਰ ਇੱਕ ਦਾਬਾ ਮਹਿਸੂਸ ਕੀਤਾ ਜਾ ਰਿਹਾ ਹੈ ਆਮ ਲੋਕਾਂ ਦੇ ਰਾਹੀਂ, ਇੱਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕੀਤਾ ਜਾ ਰਿਹਾ ਹੈ, ਔਰ ਇੱਕ ਤਰ੍ਹਾਂ ਦਾ ਇਹ ਮਹਿਸੂਸ ਕੀ ਹੋ ਰਿਹਾ ਹੈ ਕਿ ਜੇਕਰ ਬੀਜੇਪੀ ਦੁਬਾਰਾ ਆਉਂਦੀ ਹੈ ਤਾਂ ਉਹਦੇ ਨਾਲ ਕਿੱਡੇ ਵੱਡੇ ਖਤਰੇ ਹੋਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ। ਉਸ ਚੀਜ਼ ਨੂੰ ਲੈ ਕੇ ਜਿਹੜਾ ਆਮ ਬੰਦਾ ਹੈ ਉੱਤਰੀ ਭਾਰਤ ਦਾ ਖਾਸ ਤੌਰ ਤੇ, ਉਹ ਇਸ ਵੇਲੇ ਕਾਫੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ। ਸੋ ਉਹਦਾ ਅਸਰ ਮੈਨੂੰ ਲੱਗਦਾ ਕਿ ਜਦੋਂ ਅਸੀਂ ਵੋਟਾਂ 'ਚ ਕਨਵਰਟ ਹੋਣ ਦੀ ਗੱਲ ਕਰਾਂਗੇ ਤਾਂ ਕਾਫੀ ਵੱਡੇ ਪੱਧਰ ਤੇ ਉਹ ਵੋਟਾਂ ਜਿਹੜੀਆਂ ਨੇ ਸ਼ਿਫਟ ਹੁੰਦੀਆਂ ਨਜ਼ਰ ਆ ਰਹੀਆਂ ਨੇ ਇਸ ਵੇਲੇ ਪੰਗੂ ਸਾਹਿਬ। ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਨੂੰ ਲੈ ਕੇ ਡਾਕਟਰ ਸਾਹਿਬ ਕੀ ਅਪਡੇਟ ਹੈ? ਦੇਖੋ, ਜ਼ਮਾਨਤ ਤਾਂ ਜਿਸ ਤਰ੍ਹਾਂ ਦਾ ਉਹਨਾਂ ਦੇ ਉੱਤੇ ਕੇਸ ਬਣਾਇਆ ਗਿਆ, ਔਰ ਈਡੀ ਦਾ ਜਿਹੜਾ ਕੇਸ ਹੁੰਦਾ ਹੈ ਉਹਦੇ ਵਿੱਚ ਜੇਕਰ ਈਡੀ ਨਾ ਚਾਹੇ, ਈਡੀ ਦਾ ਮਤਲਬ ਸਰਕਾਰ ਹੈ ਇਸ ਵੇਲੇ, ਤਾਂ ਆਪਾਂ ਜੇ ਈਡੀ ਦਾ ਦੀ ਪਰਿਭਾਸ਼ਾ ਦੇਣੀ ਹੋਵੇ ਬੀਜੇਪੀ ਇਜ਼ ਇਕੁਅਲ ਟੂ ਈਡੀ। ਸੋ ਇਸ ਕਰਕੇ ਜੇ ਆਪਾਂ ਕਹੀਏ ਵੀ ਜੇ ਬੀਜੇਪੀ ਨੂੰ ਲੱਗਦਾ ਹੈ ਜਾਂ ਲੱਗਿਆ, ਜਿਵੇਂ ਸੰਜੇ ਸਿੰਘ ਜੀ ਦੇ ਕੇਸ ਦੇ ਵਿੱਚ ਲੱਗਿਆ ਕਿ ਹੁਣ ਇਹਨਾਂ ਨੂੰ ਜਿਹੜਾ ਹੈਗਾ ਜ਼ਮਾਨਤ ਦੇ ਕੇ ਹੀ ਸਾਡੀ ਜਿਹੜੀ ਹੈਗੀ ਹੈ ਬੰਦ ਖਲਾਸੀ ਹੋ ਸਕਦੀ ਹੈ, ਸੋ ਜੇ ਉਹਨਾਂ ਨੂੰ ਲੱਗੂਗਾ ਕਿ ਇਹ ਇੱਕ ਗਲਤ ਫੈਸਲਾ ਸੀਗਾ, ਅਸੀਂ ਫਸ ਗਏ ਇਹਦੇ ਵਿੱਚ, ਇਹਦੇ ਨਾਲ ਸਗੋਂ ਉਲਟਾ ਨੁਕਸਾਨ ਹੋ ਗਿਆ ਸਾਨੂੰ, ਤਾਂ ਜ਼ਰੂਰ ਈਡੀ ਦੇ ਰਾਹੀਂ ਜ਼ਮਾਨਤ ਮਿਲਣ ਦੀਆਂ ਸੰਭਾਵਨਾਵਾਂ ਹੋ ਸਕਦੀਆਂ ਨੇ।
ਪਰ ਜੇ ਬੀਜੇਪੀ ਚਾਹੇਗੀ, ਔਰ ਬੀਜੇਪੀ ਨੂੰ ਮੈਨੂੰ ਲੱਗਦਾ ਕਿ ਸੋਚਣਾ ਚਾਹੀਦਾ ਇਸ ਵੇਲੇ, ਔਰ ਬੀਜੇਪੀ ਨੂੰ ਇਸ ਤਰ੍ਹਾਂ ਦੀ ਜਿਹੜੀ ਧੱਕੇਸ਼ਾਹੀ ਹੈ ਔਰ ਉਹ ਨਹੀਂ ਕਰਨੀ ਚਾਹੀਦੀ, ਸਗੋਂ ਲੋਕਾਂ ਦੇ ਵਿੱਚ ਇੱਕ ਚੰਗੀ ਸੱਤਾ ਦਾ ਜਿਹੜਾ ਹੈਗਾ ਉਹ ਸੰਦੇਸ਼ ਦੇਣ ਦੀ ਲੋੜ ਹੈ ਕਿ ਤੁਸੀਂ ਇੱਕ ਚੰਗੀ ਗਵਰਨੈਂਸ ਲੋਕਾਂ ਨੂੰ ਦੇ ਸਕਦੇ ਹੋ। ਪਰ ਹੋਰ ਉਲਟ ਰਿਹਾ ਬਿਲਕੁਲ ਇਸ ਵੇਲੇ, ਆਪਾਂ ਸਾਰੇ ਜਾਣਦੇ ਹਾਂ ਕਿ ਜਿਵੇਂ ਈਡੀ ਦੇ ਰਾਹੀਂ ਜਾਂ ਬਾਕੀ ਜਿਹੜੀਆਂ ਏਜੰਸੀਆਂ ਨੇ, ਨੈਸ਼ਨਲ ਏਜੰਸੀਜ਼, ਉਹਨਾਂ ਦੇ ਰਾਹੀਂ ਜਿਹੜੇ ਵਿਰੋਧੀ ਧਿਰਾਂ ਦੇ ਉੱਤੇ ਜਿਵੇਂ ਪ੍ਰੈਸ਼ਰ ਪਾਇਆ ਜਾ ਰਿਹਾ, ਉਹਨਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ, ਉਹਦੇ ਤੋਂ ਇਹੀ ਲੱਗ ਰਿਹਾ ਹੈ ਕਿ ਜਿਹੜਾ ਆਉਣ ਵਾਲੇ ਜੇਕਰ ਜਿੱਤਦੀ ਹੈ ਬੀਜੇਪੀ ਤਾਂ ਉਹ ਇੱਕ ਖਤਰੇ ਦੀ ਘੰਟੀ ਹੋ ਸਕਦੇ ਨੇ ਆਮ ਲੋਕਾਂ ਦੇ ਲਈ। ਸੋ ਇਸ ਕਰਕੇ ਮੈਂ ਕਹਿਣਾ ਕਿ ਇਹਦਾ ਬਹੁਤਾ ਕੋਈ ਬੀਜੇਪੀ ਦੀ ਕਾਰਵਾਈ ਦਾ ਬਹੁਤਾ ਚੰਗਾ ਅਸਰ ਲੋਕਾਂ ਦੇ ਵਿੱਚ ਨਹੀਂ ਪੈ ਰਿਹਾ ਪੰਗੂ ਸਾਹਿਬ। ਜੀ ਡਾਕਟਰ ਸਾਹਿਬ, ਲੋਕ ਸਭਾ ਇਲੈਕਸ਼ਨ ਦਾ ਕੀ ਤੁਹਾਨੂੰ ਲੱਗਦਾ ਕਿ ਕਿਸ ਪਾਸੇ ਭਾਰੀ ਪਲੜਾ ਰਹਿ ਸਕਦਾ? ਪੰਗੂ ਸਾਹਿਬ ਦੇਖੋ, ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਇਹ ਹਜੇ ਬਹੁਤ ਪਹਿਲਾਂ ਹੈ, ਹਜੇ ਲਗਭਗ ਕਾਫੀ ਦੇਰ ਆਪਾਂ ਕਹਿ ਸਕਦੇ ਹਾਂ, ਹਜੇ ਅਜੇ ਤਾਂ ਇਹ ਮਈ ਦਾ ਮਹੀਨਾ ਔਰ ਅਪ੍ਰੈਲ ਔਰ ਲਗਭਗ 1.5 ਮਹੀਨਾ ਕਹਿ ਸਕਦੇ ਹਾਂ ਕਿ ਪਿਆ ਹੈ। ਸੋ ਅਜੇ ਤਾਂ ਬਹੁਤੀਆਂ ਪਾਰਟੀਆਂ ਨੇ ਆਪਣੇ ਕੈਂਡੀਡੇਟ ਵੀ ਨਹੀਂ ਦਿੱਤੇ, ਸੋ ਇਹ ਗੱਲ ਹਜੇ ਉਦੋਂ ਹੀ ਕਲੀਅਰ ਹੋਏਗੀ ਜਦੋਂ ਬਾਕੀ ਕੈਂਡੀਡੇਟਸ ਦੇ, ਬਾਕੀ ਪਾਰਟੀਆਂ ਦੇ ਜਿਹੜੇ ਕੈਂਡੀਡੇਟਸ ਨੇ ਉਹ ਅਨਾਉਂਸਮੈਂਟ ਉਹਨਾਂ ਦੀ ਹੋ ਜਾਏਗੀ, ਸੋ ਉਹਨਾਂ ਨੂੰ ਦੇਖ ਕੇ ਹੀ ਆਪਾਂ ਅੰਦਾਜ਼ਾ ਲਾ ਸਕਦੇ ਹਾਂ। ਪਰ ਇਹਦੇ ਬਾਵਜੂਦ ਜਦੋਂ ਅਸੀਂ ਨੈਸ਼ਨਲ ਲੈਵਲ ਤੇ ਦੇਖਦੇ ਹਾਂ, ਜੇਕਰ ਇੰਡੀਆ ਗੱਠਜੋੜ ਬਣਿਆ ਰਹਿੰਦਾ ਹੈ ਔਰ ਬਾਕੀ ਪਾਰਟੀਆਂ ਵੀ ਇਹਦੇ ਵਿੱਚ ਉਸੇ ਤਰ੍ਹਾਂ ਹੀ ਸ਼ਾਮਲ ਹੁੰਦੀਆਂ ਨੇ ਔਰ ਆਪਣੇ ਤੌਰ ਤੇ ਜ਼ੋਰ ਲਾਉਂਦੀਆਂ ਨੇ ਔਰ ਸੀਟਾਂ ਦੀ ਵੰਡ ਜਿਹੜੀ ਹੈਗੀ ਹੈ ਪ੍ਰੋਪਰ ਹੁੰਦੀ ਹੈ, ਤਾਂ ਕੋਈ ਕਾਰਨ ਨਹੀਂ, ਮੈਂ ਜਿਹੜੀ ਬਾਰ ਬਾਰ ਜਿਹੜੀ ਜ਼ੋਰ ਦੇ ਕੇ ਗੱਲ ਕਹਿਣਾ ਚਾਹੁੰਦਾ ਕਿ ਕੋਈ ਕਾਰਨ ਨਹੀਂ ਕਿ ਬੀਜੇਪੀ ਨੂੰ ਹਰਾਇਆ ਨਾ ਜਾ ਸਕਦਾ ਹੋਵੇ। ਸੋ ਇੰਡੀਆ ਗੱਠਜੋੜ ਦੇ ਵਿੱਚ ਇੰਨੀ ਤਾਕਤ ਜ਼ਰੂਰ ਇਸ ਵੇਲੇ ਨਜ਼ਰ ਆ ਰਹੀ ਹੈ ਕਿ ਉਹ ਬੀਜੇਪੀ ਨੂੰ ਇੱਕ ਵੱਡੀ ਟੱਕਰ ਦੇ ਸਕਦੀ ਹੈ। ਸੋ ਸੰਭਾਵਨਾਵਾਂ ਪੈਦਾ ਹੋ ਰਹੀਆਂ ਨੇ ਕਿ ਬੀਜੇਪੀ ਦੇ ਪੈਰਲਲ ਇੰਡੀਆ ਗੱਠਜੋੜ ਇਸ ਵੇਲੇ ਫਿਲਹਾਲ ਜਿੱਤਦਾ ਨਜ਼ਰ ਆ ਰਿਹਾ ਹੈ ਪੰਗੂ ਸਾਹਿਬ। ਜੀ ਬਿਲਕੁਲ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ, ਧੰਨਵਾਦ ਤੁਹਾਡਾ। ਬਹੁਤ ਧੰਨਵਾਦ, ਸ਼ੁਕਰੀਆ, ਮਿਹਰਬਾਨੀ ਪੰਗੂ ਸਾਹਿਬ ਜੀ, ਸ਼ੁਕਰੀਆ ਡਾਕਟਰ ਸਾਹਿਬ, ਥੈਂਕ ਯੂ।